भगवंत मान मुर्दाबाद। सत श्री अकाल। यूथ कांग्रेस जिला प्रधान योगेश हांडा की अगवाई हेठ तमाम वर्करा ने पंजाब के मौजूदा हालातों नू लेके सरकार खिलाफ विरोध प्रदर्शन करते हुए डिप्टी कमिश्नर नू गवर्नर पंजाब दे नाम एक मंग पत्र दिता, जिस विच उन्हां मंग कीती है कि पंजाब दे हालात बद तो बदतर हुंदे जा रहे ने, पर सरकार वालों कोई भी ध्यान नहीं दिता जा रहा। इस तो अलावा उन्होंने कहा कि महिलावां नू सरकार वालों 1,000 रुपया देण दा ऐलान किया गया सी, पर उसनू भी हाले तक पूरा नहीं किया गया। हॉट न्यूज इंडिया टीवी दे लई रजिंदर अरोड़ा दी रिपोर्ट। हां जी, सर, आज मंग पत्र दिता डिप्टी कमिश्नर नू, किहड़े अहम मुद्दे? अज लुधियाना यूथ कांग्रेस की समुची टीम वालों अज डीसी साहब नू मंग पत्र दिता कि अज जिहड़े पंजाब दे विच हालात है जिहड़े बद तों बदतर हुंदे जा रहे हैं। तुसीं देखिआ कि पिछले हफ्ते की जिहड़ी कार्यकारी है लॉ एंड ऑर्डर दी, लुट्टा खोहां शरेआम है, गोलियां दिन दिहाड़े चल रही हैं, करोड़ों रुपया लुटिया जा रहा है बिना किसी खौफ तो। जिहड़े चोर है या गैंगस्टर है वह अपनियां वारदातों नूं अंजाम दिंदे जा रहे हैं। सो अज जिहड़े वड्डे वड्डे दावे करदे सी मुख्यमंत्री साहब भगवंत मान जी, वह जिहड़े दावे खोखले साबित हुंदे नज़र आ रहे हैं। सो जदों सरकार दे विच नहीं सी वड्डे वड्डे वादे किए जाते कि जदों असी सत्ता दे विच आवांगे तो जिहड़े कोई भी धरना नहीं लगेगा। अज युवा सड़कां ते सरकारी अदारे दे चाहे टीचरां दी गल करिए चाहे युवावां दी गल करिए सड़कां दे उत्ते है अपनियां मंगां नूं लैके। बिजली दे जिहड़े अज हालात है रात रात दो दो चार चार दिनां दे कट लग रहे हैं। जिहड़ा बीबियां नूं 1,000 रुपया देण दा वादा कीता सीगा ਉਹ ਅੱਜ 1.5 ਸਾਲ ਹੋ ਚੁੱਕਾ ਸਰਕਾਰ ਬਣੀ ਨੂੰ। ਉਹ ਵਾਅਦਾ ਸੀਗਾ ਕਿ ਸਰਕਾਰ ਬੰਦੇ ਸਾਰ ਪਹਿਲੇ ਮਹੀਨੇ ਅਸੀਂ 1,000 ਰੁਪਇਆ ਹਰ ਮਹਿਲਾ ਦੇ ਅਕਾਊਂਟ 'ਚ ਪਾਵਾਂਗੇ, ਉਹ ਜ਼ੀਰੋ ਅੱਜ ਤੱਕ ਕੁਛ ਨਹੀਂ ਦਿੱਤਾ। ਸੋ ਇਹੋ ਜਿਹੇ ਕਈ ਵਾਅਦੇ ਉਹਨਾਂ ਨੇ ਜਿਹੜੇ ਆਪਣੇ ਨਹੀਂ ਪੂਰੇ ਕੀਤੇ। ਪੰਜਾਬ ਸੂਬੇ ਦੀ ਜਨਤਾ ਦਾ ਧਿਆਨ ਭਟਕਾਉਣ ਦੇ ਲਈ ਉਹਨਾਂ ਨੇ ਬਦਲਾਖੋਰੀ ਦੀ ਰਾਜਨੀਤੀ ਸ਼ੁਰੂ ਕਰਤੀ, ਜਦੋਂ ਕਿ ਲੋਕਾਂ ਦਾ ਧਿਆਨ ਉਹ ਵਾਅਦਿਆਂ 'ਤੇ ਜਾਵੇ ਹੀ ਨਾ ਕਿ ਕਦੀ ਕਿਸੇ ਨੂੰ ਝੂਠੇ ਇਲਜ਼ਾਮ ਦੇ ਵਿੱਚ ਫਸਾ ਲਿਆ, ਕਦੀ ਕਿਸੇ ਨੂੰ ਅੰਦਰ ਕਰਤਾ, ਲੇਕਿਨ ਉਹਦੇ ਵਿੱਚ ਕੋਈ ਸੱਚ ਨਹੀਂ ਨਿਕਲਿਆ, ਕੋਈ ਸਬੂਤ ਪੁਖਤਾ ਨਹੀਂ ਮਿਲੇ। ਸੋ ਇਹ ਸਿਰਫ ਔਰ ਸਿਰਫ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਗੱਲਾਂ ਦੀ ਸਰਕਾਰ ਹੈ, ਚੁਟਕਲੇ ਸੁਣਾ ਲਓ ਇਹਨਾਂ ਦੇ ਕੋਲੋਂ ਜਿੰਨੇ ਮਰਜ਼ੀ। ਹੁਣ ਅੱਗੇ ਤੁਹਾਡਾ ਕੀ ਐਕਸ਼ਨ ਪਲਾਨ, ਕਿਉਂਕਿ ਸਰਕਾਰ ਤਾਂ ਇਹ ਵੀ ਕਹਿੰਦੀ ਹੈ, ਕਹਿੰਦੇ ਪੂਰਾ ਤੁਸੀਂ ਮੀਡੀਆ ਦੇ ਸਤਿਕਾਰਯੋਗ ਸਾਥੀ ਹੋ, ਚੌਥਾ ਸਤੰਭ ਮੰਨੇ ਜਾਂਦੇ ਔਰ ਤੁਹਾਡੇ ਅੱਖਾਂ ਦੇ ਸਾਹਮਣੇ ਤੁਸੀਂ ਵੀ ਰੋਜ਼ ਮੀਡੀਆ ਦੇ ਨਾਲ ਕਵਰੇਜ ਕਰਦੇ ਹੋ ਕਿ ਜਿਹੜੀਆਂ ਹਾਲਾਤ ਅੱਜ ਪੰਜਾਬ ਸੂਬੇ ਦੇ ਵਿੱਚ ਬਣੇ ਹੋਏ ਹੈ ਉਹ ਕੀ ਸਹੀ ਨੇ। ਅਸੀਂ ਗਵਰਨਰ ਸਾਹਿਬ ਦੇ ਨਾਮ ਦਾ ਜਿਹੜਾ ਮੈਮੋਰੈਂਡਮ ਦੇ ਕੇ ਆਏ ਹਾਂ ਮਾਨਯੋਗ ਡੀਸੀ ਸਾਹਿਬ ਨੂੰ ਕਿ ਉਹਦੇ ਵਿੱਚ ਇਹੀ ਪੁਆਇੰਟਸ ਲਿਖੇ ਨੇ, ਉਹ ਤੁਹਾਨੂੰ ਵੀ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਕਿ ਅੱਜ ਲੋ ਐਂਡ ਆਰਡਰ ਦੀ ਸਥਿਤੀ ਤੋਂ ਲੈ ਕੇ ਜਿੰਨੇ ਉਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਉਹਦੇ ਵਿੱਚ ਪੁਆਇੰਟ ਟੂ ਪੁਆਇੰਟ ਨੋਟਡ ਨੇ। ਅੱਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਰ ਦਾ ਮਾਹੌਲ ਹੈ ਲੋਕਾਂ ਦੇ ਵਿੱਚ। ਧੰਨਵਾਦ। ਇੱਧਰ ਅੱਜ ਸਮੁੱਚੀ ਲੁਧਿਆਣਾ ਯੂਥ ਕਾਂਗਰਸ ਵੱਲੋਂ ਡੀਸੀ ਸਾਹਿਬ ਨੂੰ ਇੱਕ ਸ਼ਾਂਤਪੂਰਵਕ ਢੰਗ ਨਾਲ ਮੈਮੋਰੈਂਡਮ ਦੇਣ ਆਇਆ ਕਿ ਜੋ ਕੁਝ ਵਾਅਦੇ ਜੋ ਵਿਗੜਦੀ ਕਾਨੂੰਨ ਵਿਵਸਥਾ ਪੰਜਾਬ ਸਰਕਾਰ ਦੇ ਟਾਈਮ 'ਤੇ ਇਸ ਟਾਈਮ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਾਈਮ 'ਤੇ ਉਹਦੇ ਵਾਸਤੇ ਅਸੀਂ ਮੈਮੋਰੈਂਡਮ ਦੇਣਾ ਕਿ ਜੋ 1,000 ਰੁਪਇਆ ਦੇਣ ਦਾ ਵਾਅਦਾ ਇਮੀਡੀਏਟਲੀ ਕੀਤਾ ਗਿਆ ਸੀ ਉਹ ਨਹੀਂ ਹੋਇਆ। ਕਹਿੰਦੇ ਬਿਜਲੀ ਫਰੀ ਆ, ਬਿਜਲੀ ਆਉਂਦੀ ਹੀ ਨਹੀਂ, ਫਰੀ ਆਪੇ ਹੀ ਹੋਣੀ ਆ ਜੀ। ਠੀਕ ਆ ਜੀ, ਨਸ਼ਾਖੋਰੀ ਵੱਧ ਗਈ, ਤਸਕਰੀ ਵੱਧ ਗਈ, ਸ਼ਰਾਬ ਲੁੱਟਾਂ ਖੋਹਾਂ ਸਾਰਾ ਕੁਝ ਵੱਧ ਗਿਆ। ਉਹਦੇ ਵਾਸਤੇ ਇੱਕ ਮੈਮੋਰੈਂਡਮ ਦੇਣ ਆਇਆ ਜੀ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ, ਨਹੀਂ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਹੋਰ ਵਿਗੜ ਜੂ, ਪੰਜਾਬ ਦੇ ਲੋਕ ਹੋਰ ਬੇਹਾਲ ਹੋ ਜਾਣਗੇ ਜੀ। ਕੀ ਲੱਗਦਾ ਜੀ, ਕਾਂਗਰਸ ਪਾਰਟੀ ਦੇ ਸਮੇਂ ਵੀ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹੀਆਂ ਨੇ, ਪਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪੰਜਾਬ ਦਾ ਮਾਹੌਲ ਵਧੀਆ ਹੋਇਆ ਅੱਗੇ ਨਾਲ? ਸਰ, ਮਾਹੌਲ ਉੱਪਰ ਜੇ ਕਹਿੰਦੇ ਆ ਸੀਐਮ ਹਾਊਸ 'ਚ ਬਹਿ ਕੇ ਤਾਂ ਬਹੁਤ ਵਧੀਆ ਹੈ ਜੀ। ਆਮ ਲੋਕਾਂ ਨੂੰ ਪੁੱਛੋ, ਕਿਸੇ ਦੀ ਚੈਨ ਹੈ ਨਹੀਂ ਲੰਘਦੇ ਹੋਏ ਰੋਡ 'ਤੇ ਜਾਂਦੇ ਦੀ, ਕਿਸੇ ਦੀ ਵਾਲੀ ਹੈ ਨਹੀਂ, ਕਿਸੇ ਦਾ ਪਰਸ ਹੈ ਨਹੀਂ, ਕਿਸੇ ਐਕਟਿਵਾ ਮੋਟਰਸਾਈਕਲ ਖੋਲ੍ਹਿਆ, ਕਿਸੇ ਵੈਸੇ ਗੱਡੀ ਖੋਲ੍ਹੀ, ਆਮ ਬੰਦਾ ਤਾਂ ਬੇਹਾਲ ਹੈ ਜੀ।